ਮਿੰਨੀ ਕਹਾਣੀ ਦੁਸ਼ਮਣ ਉਹ ਨੌਜਵਾਨ surjit singh ਦਾ ਬੜਾ murid ਬਣ ਗਿਆ ਸੀ। ਉਹਨੇ ਪਤਾ ਨਹੀਂ ਉਸ ਚ ਕੀ ਚਿੰਗ ਵੇਖੀ ਸੀ ਕਿ ਉਹਦੀ ਬੜੀ ਇੱਜ਼ਤ ਸਤਿਕਾਰ ਕਰਨ ਲੱਗ ਪਿਆ ਸੀ। ਜਿਵੇਂ ਕਿਸੇ ਉੱਚੀ ਸ਼ਖਸੀਅਤ ਜਾਂ ਵਿਦਵਾਨ ਦਾ ਕਰੀਦਾ ਹੈ। ਉਹਨੇ ਉਹਨੂੰ ਆਪਣਾ ਮੁਰਸ਼ਿਦ ਮੰਨ ਲਿਆ ਸੀ। ਅਸਲ 'ਚ surjit singh ਕਿਤਾਬਾਂ ਤੇ ਗ੍ਰੰਥ ਬਹੁਤ ਪੜ੍ਹਦਾ ਸੀ ਤੇ ਉਹ ਨੌਜਵਾਨ ਉਸ ਨਾਲ ਅਕਸਰ ਪਰਮਾਰਥ, ਦਰਸ਼ਨ, ਮਨੋਵਿਗਿਆਨ, ਆਦਿ ਵਿਸ਼ਿਆਂ ਬਾਰੇ ਵਿਚਾਰ-ਵਿਮਰਸ਼ ਕਰਦਾ ਰਹਿੰਦਾ ਸੀ। ਉਹਨੂੰ ਇਸੇ ਕਰਕੇ ਅਹਿਸਾਸ ਹੋਇਆ ਕਿ ਸੁਰਜੀਤ ਸਿੰਘ ਬੜਾ ਗੁਣੀ ਗਿਆਨੀ ਦਾਰਸ਼ਨਿਕ ਤੇ ਦਾਨੇਸ਼ਵਰ ਕਿਸਮ ਦਾ ਵਿਅਕਤੀ ਹੈ ਜਿਹੋ ਜੇ ਰੋਲ ਮਾਡਲ ਦੀ ਉਹਨੂੰ ਤਲਾਸ਼ ਸੀ ਸੁਰਜੀਤ ਸਿੰਘ ਦੀ ਆਦਤ ਸੀ ਕਿ ਜੇ ਉਹ ਪੜ੍ਹਦਾ ਸੀ ਤਾਂ ਸਿਰਫ ਪੜ੍ਹਦਾ ਹੀ ਰਿਹਾ ਸੀ ਜੇ ਨਹਾਉਂਦਾ ਜਾਂ ਵਾਲਾਂ 'ਚ ਕੰੰਗੀ ਕਰਦਾ ਤਾਂ ਸਿਰਫ ਨਹਾਉਂਦਾ ਜਾਂ ਕੰੰਗੀ ਕਰਦਾ ਸੀ ਉਸ ਸਮੇਂ ਹੋਰ ਕੁਝ ਵੀ ਨਹੀਂ ਸੀ ਸੋਚਦਾ ਜਾਂ ਕਰਦਾ ਸੀ ਉਹਦਾ ਅਸੂਲ ਸੀ ਇੱਕ ਵੇਲੇ ਇੱਕੋ ਕੰਮ ਇੱਕ ਦਿਨ ਸੁਰਜੀਤ ਸਿੰਘ ਤੋਂ ਸੈਡ ਸੁਭਾਅ ਕਿਹਾ ਗਿਆ ਕਿ ਬੰਦਾ ਉਹੀ ਖਰਾ ਤੇ ਸੁੱਚਾ ਹੈ ਜਿਹੜਾ ਪੰਜ ਦੁਸ਼ਮਣਾਂ ਤੇ ਕਾਬੂ ਪਾ ਲਏ ਉਹਨੇ ਤਾਂ ਕਹਿਣ ਲਈ ਇਹ ਗੱਲ ਕਹਿਤੀ ਲੇਕਿਨ ਉਸ ਨੌਜਵਾਨ ਨੇ ਗੱਲ ਭੱਲੇ ਮੰਨੀ ਅਗਲੇ ਦਿਨ ਉਹ ਸੁਰਜੀਤ ਸਿੰਘ ਨੂੰ ਪੁੱਛਣ ਲੱਗਾ ਗੁਰੂ ਦੇਵ ਇਹਨਾਂ ਪੰਜ ਦੁਸ਼ਮਣਾਂ ਨੂੰ ਇਕੱਠਿਆਂ ਕਾਬੂ ਕਰਨਾ ਚਾਹੀਦਾ ਜਾਂ ਇੱਕ-ਇੱਕ ਕਰਕੇ ਸੁਰਜੀਤ ਸਿੰਘ ਨੇ ਆਖਿਆ ਸਾਰੇ ਫਰੰਟਾਂ ਤੇ ਇਕੱਠਿਆਂ ਕਦੇ ਵੀ ਲੜਾਈ ਸ਼ੁਰੂ ਨਹੀਂ ਕਰਨੀ ਚਾਹੀਦੀ ਇਸੇ 'ਚ ਸਿਆਣਪ ਤੇ ਭਲਾਈ ਹੁੰਦੀ ਹੈ ਇੱਕ-ਇੱਕ ਫਰੰਟ ਤੇ ਲੜਨਾ ਚੰਗਾ ਰਹਿੰਦਾ ਹੈ ਕਾਮਯਾਬੀ ਤਾਂ ਹੀ ਮਿਲਦੀ ਹੈ ਤੁਸੀਂ ਕਿੰਨੇ ਕ ਫਰੰਟਾਂ ਤੇ ਫਤਿਹ ਪਾ ਚੁੱਕੇ ਹੋ ਸੁਰਜੀਤ ਸਿੰਘ ਨੂੰ ਉਹ ਤੋਂ ਇਹੋ ਜਿਹੇ ਪ੍ਰਸ਼ਨ ਦੀ ਬਿਲਕੁਲ ਉਮੀਦ ਨਹੀਂ ਸੀ ਨਾਲੇ ਉਹ ਕਿਹੜਾ ਕੋਈ ਸੰਤ ਮਹਾਤਮਾ ਸੀ ਫਿਰ ਵੀ ਉਹਦੀ ਜਗਿਆਸਾ ਲਈ ਉਹਨੇ ਉੱਤਰ ਦੇਣਾ ਮੁਨਾਸਿਬ ਸਮਝਿਆ ਦੇਖ ਬੇਟਾ ਮੈਂ ਕਦੀ ਇੱਕ ਦੁਸ਼ਮਣ ਨਾਲ ਲੜਦਾ ਕਦੀ ਦੂਜੇ ਨਾਲ ਇੱਕ ਨੂੰ ਭੁੰਜੇ ਸੁੱਟਦਾ ਦੂਜਾ ਬਾਹਾਂ ਟੁੰਗਦਾ ਹੋਇਆ ਅੱਗੇ ਆ ਜਾਂਦਾ ਜਦੋਂ ਤੱਕ ਉਹਦਾ ਮੱਕੂ ਠੱਪਦਾ ਹੈ ਪਹਿਲੇ ਵਾਲਾ ਪਿੱਛੋਂ ਦੀ ਆਦ ਬੋਚਦਾ ਮੈਂ ਇਹੀ ਸੋਚਿਆ ਸੀ ਵੀ ਕੱਲੇ-ਕੱਲੇ ਨਾਲ ਨਜਠਿਆ ਜਾਏ ਪਰ ਕਦੀ ਇਹ ਕਦੀ ਦੂਜਾ ਸਿਰ ਚੁੱਕ ਲੈਂਦਾ ਤੇ ਪੰਜੇ ਕਾਮ ਕ੍ਰੋਧ ਲੋਭ ਮੋਹ ਤੇ ਹੰਕਾਰ ਬੜੇ ਬਲਵਾਨ ਤੇ ਇੱਕ ਜੁਟ ਨੇ ਮੇਰੀ ਜੱਦੋ ਜੈ ਦੇ ਨਾਲ ਅਜੇ ਤਾਈਂ ਚੱਲ ਰਹੀ ਹੈ ਪਰ ਬੇਟਾ ਜੀ ਤੁਹਾਨੂੰ ਇੱਕ ਗੱਲ ਦੱਸਾਂ ਜਿਹਨੂੰ ਆਪਣਾ ਮੁਰਸ਼ਿਦ ਜਾਂ ਗੁਰੂ ਮੰਨ ਲਈਏ ਉਸਤੇ ਇਹੋ ਜੇ ਨਿੱਜੀ ਤੇ ਦਿਲ ਵਿੰਨਵੇਂ ਸਵਾਲਾਂ ਦਾ ਅਟੈਕ ਨਹੀਂ ਕਰੀਦਾ ਅੱਗੇ ਤੋਂ ਜ਼ਰਾ ਧਿਆਨ ਰੱਖਣਾ ਧੰਨਵਾਦ